हेलो जी, सत श्री अकाल। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀਪਜੋਤ ਰਿਐਕਸ਼ਨਸ ਦੇ ਉੱਪਰ। ਤੇ ਉਮੀਦ ਕਰਦੇ ਹਾਂ ਤੁਸੀਂ ਜਿੱਤੇ ਹੋਗੇ, ਵਧੀਆ ਹੋਗੇ, ਚੜ੍ਹਦੀ ਕਲਾ ਵਿੱਚ ਹੋਗੇ। ਤੇ ਅੱਜ ਅਸੀਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਫਿਰ ਤੋਂ ਤੁਹਾਡੀਆਂ ਰეკਮੈਂਡ ਕੀਤੀਆਂ ਹੋਈਆਂ ਵੀਡੀਓਜ਼ ਦੇ ਨਾਲ। ਤੇ ਅੱਜ ਦੀ ਵੀਡੀਓ ਫਿਰ ਤੋਂ ਹੋਣ ਵਾਲੀ ਬੜੀ ਖਾਸ, ਕਿਉਂਕਿ ਕੀਤੀ ਗਈ ਹੈ ਤੁਹਾਡੇ ਵੱਲੋਂ ਰეკਮੈਂਡ। ਤੇ ਅੱਜ ਦੀ ਵੀਡੀਓ ਜੀ ਫਿਰ ਦੁਬਾਰਾ ਤੋਂ ਜੀਵਨ ਸੁਲਤਾਨ ਜੀ ਦੇ ਵੀਡੀਓ ਦੇ ਉੱਪਰ ਔਰ ਉਹਨਾਂ ਦੇ ਕਲਿੱਪ ਆ ਛੋਟੇ ਛੋਟੇ। ਪਹਿਲਾਂ ਵੀ ਆਪਾਂ ਉਹਨਾਂ ਦੀਆਂ ਵੀਡੀਓ ਦੇ ਉੱਪਰ ਕਾਫੀ ਰਿਐਕਸ਼ਨ ਲੈ ਕੇ ਆ ਚੁੱਕੇ ਆ, ਤੇ ਇਹ ਨਵੀਂ ਵੀਡੀਓ ਜਿਹੜੀ ਹੈ ਰეკਮੈਂਡ ਕੀਤੀ ਸੀ ਸਾਨੂੰ, ਤੇ ਲੈ ਕੇ ਆ ਹਾਜ਼ਰ ਤੁਹਾਡੇ ਸਾਹਮਣੇ। ਕਰਦੇ ਆ ਵੀਡੀਓ ਸਟਾਰਟ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਜਿਹਨਾਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ। ਅਗਰ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਲਾਈਕ ਕਰਨਾ ਤੁਹਾਨੂੰ ਪਤਾ ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਕਿਉਂਕਿ ਅਸੀਂ ਕਾਫੀ ਟਾਈਮ ਤੋਂ ਰਿਐਕਸ਼ਨਸ ਬਹੁਤ ਘੱਟ ਪਾ ਰਹੇ, ਕਿਉਂਕਿ ਸਾਨੂੰ ਲਾਈਕ ਬਹੁਤ ਘੱਟ ਆ ਰਹੇ ਇਸ ਕਰਕੇ, ਕਿਉਂਕਿ ਸਾਨੂੰ ਲਾਈਕ ਬਹੁਤ ਘੱਟ ਆ ਰਿਹਾ। ਸੋ ਇਸ ਕਰਕੇ ਵੀਡੀਓ ਨੂੰ ਕਰਦੇ ਕਰੋ ਲਾਈਕ, ਤੇ ਅਸੀਂ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਵਧੀਆ ਵਧੀਆ ਵੀਡੀਓਜ਼ ਉੱਪਰ ਰਿਐਕਸ਼ਨ। ਔਰ ਵੀਡੀਓ ਦੇ ਜੇ ਰეკਮੈਂਡੇਸ਼ਨ ਆ ਉਹ ਤੁਸੀਂ ਕਮੈਂਟ ਦੇ ਥੱਲੇ ਹੀ ਤੁਸੀਂ ਦੇ ਸਕਦੇ ਹੋ, ਅਸੀਂ ਉੱਥੋਂ ਹੀ ਵੇਖ ਕੇ ਉਸ ਵੀਡੀਓ ਦੇ ਉੱਤੇ ਜਿਹੜਾ ਉਹ ਰਿਐਕਸ਼ਨ ਲੈ ਕੇ ਜ਼ਰੂਰ ਆਵਾਂਗੇ। ਪਰ ਕਈ ਵਾਰੀ ਇਹੋ ਜਿਹੀ ਚੀਜ਼ ਹੋ ਜਾਂਦੀ ਹੈ ਨਾ ਕਿ ਕਈ ਜਿਹੜੇ ਕ੍ਰੀਏਟਰ ਆ ਉਹਨਾਂ ਵੱਲੋਂ ਹੀ ਰਿਸਟ੍ਰਿਕਸ਼ਨ ਹੁੰਦੀ ਆ ਕਿ ਸਾਡੀਆਂ ਵੀਡੀਓਜ਼ ਤੁਸੀਂ ਯੂਜ਼ ਨਹੀਂ ਕਰ ਸਕਦੇ, ਫਿਰ ਇਸ ਕਰਕੇ ਮਜਬੂਰਨ ਅਸੀਂ ਉਹਨਾਂ ਵੀਡੀਓ ਦੇ ਉੱਪਰ ਰਿਐਕਸ਼ਨ ਨਹੀਂ ਲੈ ਕੇ ਆ ਸਕਦੇ। ਸੋ ਬੈਟਰ ਇਹ ਹੁੰਦਾ ਕਿ ਤੁਸੀਂ ਮਤਲਬ ਨਾਲ ਉਹਦੇ ਲਿੰਕ ਦੇ ਦਿਆ ਕਰੋ ਕਿ ਸਾਨੂੰ ਈਜ਼ੀਲੀ ਸਾਨੂੰ ਮਿਲ ਜਾਣ ਵੀਡੀਓਜ਼। ਸੋ ਬਹੁਤੀ ਗੱਲ ਨਾ ਕਰਦੇ ਹੋਏ ਸ਼ੁਰੂ ਕਰਦੇ ਆਪਾਂ ਵੀਡੀਓ। ਆਰਡਰ ਤੇ ਮੈਂ ਸਿਲੈਕਟ ਕਰ ਲਿਆ ਪਰ ਕੋ ਵੇਟਰ ਨਜ਼ਰ ਨਹੀਂ ਆ ਰਿਹਾ, ਪਤਾ ਨਹੀਂ ਕਿਧਰ ਨੇ। ਮੈਂ ਲਈ ਬੈਠੀ ਤੇ ਬੜਾ ਜੀ। ਹਲੋ, ਗੱਲ ਸੁਣ। ਆ ਰਿਹਾ ਬਾਬਾ ਜੀ, ਘੰਟਾ ਹੋ ਗਿਆ। ਉਹ ਭਾਈ ਗੱਲ ਸੁਣ, ਸਬਰ ਕਰ ਲੈ ਯਾਰ। ਯਾਰ ਅਸੀਂ ਕਰ ਨਹੀਂ ਜਾਣਾ, ਹੌਸਲਾ ਕਰ, ਛੁਰੀ ਚਲੇ ਸਾਲ ਹੈ। ਓਏ, ਕਿਸ ਕਿਸਮ ਦੇ ਹੋਟਲ ਤੇ ਲੈ ਕੇ ਆਇਆ, ਕਿਵੇਂ ਦੇ ਵੇਟਰ ਨੇ? ਜਾ ਮਾਲਕ ਨੂੰ ਬੁਲਾ ਕੇ ਲਿਆ, ਦਿਮਾਗ ਖਰਾਬ ਕਰਤਾ ਹੈ। ਸਰ ਆ ਗਏ। अस्सलाम वालेकुम जी सर। भाई किस तरह के आपने बंदे रखे हुए हैं? मैं इतनी बार चीखा हूँ, मेरी किसी ने आवाज ही नहीं सुनी। ओए गाल सुनो, ओए किधर हो? सारा माजरत है, बंदा नवा है, अगो तो आई दी हरकत नहीं करेगा इंशाल्लाह। ओए साहब, घंटे तक कुत्ते और पौंक रहे, तू उन्हें गाल नहीं सुनी। अगर तुम्हारा यही रवैया रहा तो कौन गदा मेरे होटल पे आएगा? जवाब दे, केड़ा उल्लू दा पट आएगा? ਨੈਗ ਜੀ, ਤੁਹਾਡੇ ਨਾਲ ਵੇਟਰ ਮਾਰਾ ਹੀ ਸੀ। ਚੱਲ ਭਾਈ, ਇਹ ਕਿਹੜਾ ਜਾਨਵਰ ਹੈ? ਇਹ ਮੌਲਾ ਖੁਸ਼ ਰੱਖੇ ਜੀਵਨ ਸੁਲਤਾਨ ਹੈ, ਤੂੰ ਨਹੀਂ ਜਾਣਦਾ, ਇਹਨੂੰ ਸਾਰੇ ਜਾਣਦੇ। ਕੀ ਬਣੇ? ਉਹ ਯਾਰ, ਮੇਰੇ 17 ਸਾਲ ਹੋ ਗਏ ਨੇ ਸ਼ਾਦੀ ਨੂੰ। ਮੇਰੀ ਜਦੋਂ ਵੀ ਬੇਗਮ ਨਾਲ ਲੜਾਈ ਹੁੰਦੀ ਹੈ, ਉਹ ਮੇਰੇ ਸਾਲਿਆਂ ਨੂੰ ਲਾਹੌਰੋਂ ਰਿਟਰਨ ਟਿਕਟਾਂ ਭੇਜਦੀ ਹੈ ਕਰਾਚੀ। ਉਹ ਆਉਂਦੇ ਨੇ, ਉਹ ਮੇਰੇ ਖਰਚੇ ਤੇ ਆ ਕੇ ਮੈਨੂੰ ਕੁੱਟ ਵੀ ਜਾਂਦੇ ਨੇ, ਫੇਰ ਵਾਪਸ ਚਲੇ ਜਾਂਦੇ। ਉਹ ਮੇਰਾ ਖਰਚਾ ਵੀ ਬੜਾ ਹੋ ਜਾਂਦਾ ਹੀ ਤੇ ਮੈਨੂੰ ਕੁੱਟ ਵੀ ਬੜੀ ਪੈਂਦੀ। ਮੈਨੂੰ ਕੋ ਹਾਲ ਦੱਸ ਯਾਰ। ਯਾਰ ਤੂੰ ਇੰਝ ਕੰਮ ਕਰ, ਤੂੰ ਕਰਾਚੀ ਸ਼ਿਫਟ ਹੋ ਜਾ, ਖਰਚਾ ਤੇ ਬਚੇਗਾ ਨਾ। ਅੱਬਾ, ਤੈਨੂੰ ਇੱਕ ਗੱਲ ਦੱਸਾਂ? ਦੱਸ। ਮੇਰੇ ਫੇਸਬੁੱਕ ਤੇ 15 ਅਕਾਊਂਟ ਹਨ। ਇਹ ਮੈਨੂੰ ਕਿਉਂ ਦੱਸ ਰਹੇ ਹੈਂ? ਜਿਹੜੀ ਤਬਸਮ ਨੂੰ ਤੁਸੀਂ 15-20 ਦਿਨ ਤੋਂ ਮਿੰਤਾ ਕਰ ਰਹੇ ਹੋ ਨਾ ਕਿ ਮੇਰੇ ਨਾਲ ਚਾਹ ਪੀਓ, ਮੈਂ ਹੀ ਹਾਂ। ਹਾਂ, ਅਲ ਖੈਰ ਹੋਟਲ ਤੇ ਆ, ਮੈਂ ਹੁਣੇ ਆ ਰਿਹਾ ਬਸ। ਇਹ ਤੁਹਾਡੀ ਕੜਾਈ ਤੇ ਇਹ ਤੁਹਾਡੀਆਂ ਰੋਟੀਆਂ। ਕਿੰਨੀਆਂ ਰੋਟੀਆਂ ਲੈ ਕੇ ਆਏ? 35। ਕੀ ਮੈਨੂੰ ਡੰਗਰ ਸਮਝੀ? ਵਿੱਚੋਂ 3 ਚੁੱਕ ਲੈ। ਮੈਨੂੰ ਡੋਲਫਨ ਵਾਲਿਆਂ ਨੇ ਮਾਰੇ। ਕਿਉਂ? ਉਹ ਮੈਂ ਉਹਨਾਂ ਨੂੰ ਫੋਨ ਕਰ ਬੈਠਾ ਰਾਤੀ 2:30 ਵਜੇ ਕਿ ਸੇਫ ਸਿਟੀ ਕੈਮਰੇ ਚ ਵੇਖਣਾ ਮਜ਼ੰਗ ਚੁੰਗੀ ਵਾਲਾ ਪਰਾਠਿਆਂ ਵਾਲਾ ਬੈਠਾ। ਜਾਨ, ਤੁਹਾਨੂੰ ਇੱਕ ਗੱਲ ਦੱਸਾਂ? ਹਾਂਜੀ, ਦੱਸੋ। ਮੈਂ ਤੁਹਾਡੀ ਸਾਲਗਿਰਾ ਵਾਸਤੇ ਸੂਟ ਖਰੀਦਿਆ। ਓਏ, ਮੇਰੇ ਵਾਸਤੇ ਸੂਟ ਲੈ ਆਈ ਹੈ? ਵਿਖਾ ਮੈਨੂੰ, ਕਿਵੇਂ ਦਾ ਸੂਟ ਲੈ ਆਈ? ਚਲੋ 5 ਮਿੰਟ ਰੁਕੋ, ਮੈਂ ਪਾ ਕੇ ਆਨੀ। 47 ਜਮ੍ਹਾਂ 165 = 1400। ਬਾਬਾ ਜੀ, ਕੋਈ ਸ਼ੁਗਲੀ ਗੱਲ ਹੀ ਸੁਣਾ ਦਿਓ ਯਾਰ। ਇੱਕ ਸੀ ਮੌਲਵੀ,
ਉਹਦੀ ਇੱਕ ਸੀ ਮਸ਼ੂਕ। ਅੱਛਾ, ਉਹਦੀ ਮਸ਼ੂਕ ਨੇ ਉਹਨੂੰ ਕਿਹਾ ਕਿ ਮੌਲਵੀ ਸਾਹਿਬ ਮੈਂ ਤੁਹਾਨੂੰ 4 ਵਜੇ ਆ ਕੇ ਪਾਰਕ ਵਿੱਚ ਮਿਲਸਾਂ ਅੱਜ। ਠੀਕ ਹੈ। 4:30 ਹੋ ਗਏ, ਉਹ ਕੋਈ ਨਾ ਆਈ। ਅੱਛਾ। 5 ਹੋ ਗਏ, ਉਹ ਕੋਈ ਨਾ ਆਈ। 5:15 ਮੌਲਵੀ ਜਾ ਕੇ ਮਸਜਿਦ ਐਲਾਨ ਕਰਾਂਦਾ ਹੈ ਕਿ ਹਜ਼ਰਾਤ 5:15 ਹੋ ਗਏ ਨੇ, ਵੇਖ ਲਓ ਫਿਲਮ ਪਾ ਗਏ ਹੋ। ਬਾਬਾ ਜੀ, ਇਹ ਮੁਹੱਬਤ ਸ਼ਾਦੀ ਤੋਂ ਪਹਿਲੇ ਹੋਣੀ ਚਾਹੀਦੀ ਜਾਂ ਬਾਅਦ ਚ? ਬਾਬਾ ਜੀ, ਮੁਹੱਬਤ ਪਹਿਲੇ ਹੋਵੇ ਜਾਂ ਬਾਅਦ ਚ, ਪਰ ਬੇਗਮ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਮੇਰੀ ਜਾਨ, ਕੀ ਹਾਲ ਨੇ? ਅੱਜ ਤੇ 6 ਸਾਲਾਂ ਬਾਅਦ ਮਿਲ ਰਿਹਾ ਤੂੰ। ਸ਼ਾਦੀ ਕੀਤੀ? ਅਜੇ ਕੱਪੜੇ ਆਪਣੇ ਆਪ ਹੀ ਧੋ ਰਹੇ। ਯਾਰ, ਤੈਨੂੰ ਇੱਕ ਗੱਲ ਦੱਸਾਂ, ਤੇਰੀਆਂ ਦੋਹਾਂ ਗੱਲਾਂ ਦਾ ਜਵਾਬ ਹਾਂ। ਜਾਨ, ਮੈਂ ਤੇਰੀ ਇੰਨੀ ਇੱਜ਼ਤ ਕਰਦਾ ਕਿ ਤੂੰ ਬੈੱਡ ਤੇ ਬੈਠੀ ਹੋਵੇ ਤੇ ਮੈਂ ਸੋਫੇ ਤੇ ਬਹਿ ਜਾਵਾਂਗਾ। ਜੇ ਮੈਂ ਸੋਫੇ ਤੇ ਬਹਿ ਗਈ, ਫਿਰ ਮੈਂ ਫਰਸ਼ ਤੇ ਬਹਿ ਜਾਵਾਂਗਾ। ਜੇ ਮੈਂ ਫਰਸ਼ ਤੇ ਬਹਿ ਗਈ, ਫਿਰ ਮੈਂ ਗੜਾ ਖੋਦ ਕੇ ਉਹਦੇ ਵਿੱਚ ਵੜ ਜਾਵਾਂਗਾ। ਜੇ ਮੈਂ ਗੜੇ 'ਚ ਵੜ ਗਈ, ਫਿਰ ਮੈਂ ਉਹਦੇ ਉੱਤੇ ਮਿੱਟੀ ਦੇ ਦਿਆਂਗਾ। ਕਮੀਨੀ, ਤੈਨੂੰ ਤੇ ਇੱਜ਼ਤ ਰਾਸ ਹੀ ਨਹੀਂ ਆਈ ਹੈ। ਅਬੂ, ਸਾਡੇ ਘਰ ਜੀ ਨੇ ਪੁੱਤਰ, ਜਿਨਸ਼ਨ ਕੋਈ ਨਹੀਂ ਹੁੰਦੇ। ਅਬੂ, ਸਾਡੀ ਨੌਕਰਾਣੀ ਤਾਂ ਕਹਿ ਰਹੀ ਸੀ। ਪੁੱਤਰ, ਸਮਾਨ ਪੈਕ ਕਰ ਜਲਦੀ। ਕਿਉਂ ਅਬੂ? ਓਏ ਅੱਲਾ ਦੀ ਬੰਦੀਏ, ਸਾਡੇ ਘਰ ਤੇ ਨੌਕਰਾਣੀ ਕੋਈ ਨਹੀਂ। ਪੈਸੇ ਦੋ, ਮੈਂ 15-20 ਦਿਨ ਮੈਂ ਤੁਮਕੋ ਲੌਟਾ ਦੂੰਗਾ। ਯੇ ਲੌਟਾ ਹੈ। ਕੋਈ ਗਾਹਕ ਨਹੀਂ ਆ ਰਿਹਾ, ਮੇਰੇ ਖਿਆਲ ਆਪਣੀ ਪੰਜਰਾਂ ਵਾਲੀ ਦੁਕਾਨ ਹੀ ਚਲਾਉਣੀ ਪੈਣੀ ਹੈ। ਪੁਰ ਕਰਾਓ ਡਾਕਟਰੀ। ਅਸਲਾਮੁਅਲੈਕੁਮ ਡਾਕਟਰ ਇਰਸ਼ਾਦ ਸਾਹਿਬ। ਜਨਾਬ, ਵਾਲੇਕੁਮ ਸਲਾਮ। ਤਬੀਅਤ ਕੈਸੀ ਹੈ ਹੁਣ? ਠੀਕ ਹੈ ਡਾਕਟਰ ਸਾਹਿਬ, ਲੇਕਿਨ ਜਦੋਂ ਤੋਂ ਤੁਸੀਂ ਆਪਰੇਸ਼ਨ ਕੀਤਾ ਨਾ, ਪਿਆਸ ਬੜੀ ਲੱਗਦੀ ਹੈ, ਗਲਾ ਖੁਸ਼ਕ ਰਹਿੰਦਾ। ਉਹ ਯਾਰ, ਤੈਨੂੰ ਦੱਸਣਾ ਭੁੱਲ ਗਿਆ ਸਾਂ, ਦੌਰਾਨੇ ਆਪਰੇਸ਼ਨ ਰੂਹ ਦਾ ਬੰਡਲ ਤੇਰੇ ਪੇਟ 'ਚ ਹੀ ਭੁੱਲ ਗਿਆ ਸਾਂ ਮੈਂ। ਉਸਤਾਦ ਤੇ ਮੈਂ ਲੱਗ ਗਿਆ, ਪਰ ਮੇਰੀ ਕਲਾਸ 'ਚ ਮਰਾਸੀ ਦੇ 5-6 ਮੁੰਡੇ ਪੜ੍ਹਦੇ ਨੇ, ਉਹਨਾਂ ਮੈਨੂੰ ਪਾਇਆ, ਵਕਤ ਹੋਇਆ ਹੁਣ ਇੱਕ ਫਿਰ ਮਰਾਸੀ ਬੱਚੇ ਦਾ ਸਬਕ ਸੁਣਨਾ ਹੈ। ਬੰਦ ਕਰ ਫੋਨ। ਬਸ ਫਿਰ ਬੱਚੇ ਇਹ ਵੀ ਸੀ ਸੁਣਾ। ਉਸਤਾਦ ਜੀ, ਮੈਂ ਤਾਂ ਸੁਣਾਣੀ ਜੇ ਤੁਸੀਂ ਹਲਕੀ ਹਲਕੀ ਢੋਲਗੀ ਵੀ ਜਾਓ ਨਾਲ। ਉਹ ਕਿਸ ਤਰ੍ਹਾਂ? ਦਾਗੜਦਾ 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 ਕੜਦਿਨ ਤੱਕ ABCDE। ਆਖੇ ਤੇਰੀ ਆ ਗਈ ਹੈ, ਰਾਗ ਦਾ ਬੇੜਾ ਗਰਕ ਕਰਦੇ ਹੀ। ਕੀ ਗੱਲ ਹੈ? ਮੇਰਾ ਹਸਬੰਡ ਦਫ਼ਤਰ ਆ ਕੇ ਮੇਰੇ ਨਾਲ ਲੜਾਈ ਕਰਦਾ ਹੈ। ਅੱਛਾ, ਇਹ ਤਵੀ ਜੀ, ਇਹ ਉਹ ਜਿਸ ਟਾਈਮ ਵੀ ਦਫ਼ਤਰ ਆਵੇ, ਤੇਰਾ ਕੰਮ ਹੈ ਉਸ ਤੋਂ ਪਹਿਲੇ ਇਹ ਆਪਣੇ ਦੰਦਾਂ ਤਲੇ ਰੱਖ ਲੈ, ਇਨਸ਼ਾਅੱਲਾ ਫਰਕ ਪਏਗਾ। ਜਾ। ਤੁਮ ਜੀਤੋ ਯਾ ਹਾਰੋ, ਸੁਨੋ ਹਮੇ ਤੁਮਸੇ ਪਿਆਰ ਹੈ। ਪੀਰ ਜੀ, ਕੀ ਵੇਖ ਰਹੇ ਹੋ? ਹਰੇ ਮੈਚ ਦੀਆਂ ਝਲਕੀਆਂ ਵੇਖ ਰਿਹਾ। ਇਹਨੂੰ ਛੱਡ, ਸੁਣਾ, ਬੰਦਾ ਲੜਦਾ ਹੀ ਨਹੀਂ? ਹੁਣ ਨਹੀਂ ਲੜਦਾ ਮੇਰੇ ਨਾਲ। ਬੜੀ ਗੱਲ ਏ, ਇਹ ਸਾਰਾ ਇਹਦਾ ਕਮਾਲ ਹੀ। ਇਹ ਤਾਂ ਵੈਸੇ ਕੀ ਕਮਾਲ ਹੈ? ਇਹਦਾ ਕੋਈ ਕਮਾਲ ਨਹੀਂ ਹੈ। ਇਹ ਤੂੰ ਦੰਦਾਂ ਤਲੇ ਰੱਖਦੀ ਹੈ, ਤੂੰ ਚੁੱਪ ਰਹਿਣੀ ਹੈ, ਤੂੰ ਚੁੱਪ ਰਹਿਣੀ ਹੈ, ਤੇਰੇ ਮੂੰਹ ਗਲਤ ਗੱਲ ਨਹੀਂ ਨਿਕਲਦੀ। ਉਹ ਕਿਉਂ ਲੜੇ ਬੇਚਾਰਾ, ਉਹ ਪਾਗਲ ਹੈ। ਬੇਟਾ, ਅੱਜ ਦਾ ਸਾਡਾ ਟੌਪਿਕ ਹੈ ਐਮ ਮਨੀਟਰ ਤੂੰ ਰਿਹਾ? ਜੀ ਉਸਤਾਦ ਜੀ। ਬਹਿ ਜਾ ਉਸਤਾਦ ਜੀ, ਜਲਦੀ ਕਰੋ, ਮੈਂ ਕੰਮ ਤੇ ਵੀ ਜਾਣਾ। ਬਹਿ ਜਾ ਸ਼ੋਖਿਆ। ਐ ਵੇ ਐਮ, ਐਮ ਫੋਰ ਮਦਰ, ਮਤਲਬ ਨੂਰੇ ਦੀ ਮਾਂ। ਠੀਕ ਹੈ, ਇਜ਼ ਦੈਟ ਕਲੀਅਰ? ਸਾਰਿਆਂ ਨੂੰ ਸਮਝਾ ਦੇ ਜਾ ਕੇ। ਠੀਕ ਹੈ ਉਸਤਾਦ ਜੀ। ਬੇਟਾ, ਤੁਸੀਂ ਸਾਰਿਆਂ ਦੀ ਆਸਾਨੀ ਵਾਸਤੇ ਐ ਜੇ ਐਮ, ਜੇ ਕਿਸੇ ਨੂੰ ਸਮਝ ਨਾ ਆਵੇ ਤੇ ਮਨੀਟਰ ਕੋਲੋਂ ਪੁੱਛ ਲਵੇ। ਠੀਕ ਹੈ? ਠੀਕ ਹੈ ਉਸਤਾਦ ਜੀ। ਬੱਚਿਓ, ਮੈਂ ਤੁਹਾਨੂੰ ਕੱਲ ਇੱਕ ਲਫ਼ਜ਼ ਪੜਾਇਆ ਸੀ, ਇਹ ਦੱਸੋ ਲਫ਼ਜ਼ ਕੀ ਹੈ? ਸਾਨੂੰ ਨਹੀਂ ਪਤਾ। ਤੂੰ ਰਿਹਾ ਏ? ਆਇਆ ਉਸਤਾਦ ਜੀ, ਆਇਆ ਆਇਆ। ਇਹ ਦੱਸ ਕੀ ਹੈ? ਉਸਤਾਦ ਜੀ, ਲੱਗਦੀ ਤੇ ਨੂਰੇ ਦੀ ਮਾਂ ਹੈ, ਕੱਲ ਸਿੱਧੀ ਸੀ, ਅੱਜ ਪੁੱਠੀ ਲੱਗੀ ਪਈ। ਵੀਰੇ, ਪਰੇਸ਼ਾਨ ਕਿਉਂ ਹੈ? ਉਹ ਯਾਰ, ਮੈਂ ਅੱਜ ਸ਼ੇਖਾਂ ਦੇ ਘਰ ਵਿਦ ਫੈਮਿਲੀ ਦਾਵਤ ਖਾਣ ਗਿਆ। ਅੱਛਾ। ਉਹਨਾਂ ਸਾਡੇ ਕੇ ਚਾਵਲ ਰੱਖੇ ਨੇ, ਅਸੀਂ ਸ਼ੁਰੂ ਕੀਤੇ ਨੇ, ਨਾਲ ਹੀ ਉਹਦੀ ਬੇਗਮ ਕਹਿੰਦੀ ਮੁਰਗੀ ਲੈ ਆਉਂ। ਅੱਛਾ। ਸ਼ੇਖ ਕਹਿੰਦਾ ਅਜੇ ਨਹੀਂ। ਮੈਨੂੰ ਬੜਾ ਅਜੀਬ ਲੱਗਿਆ, ਖੈਰ ਮੈਂ ਚੁੱਪ ਕਰ ਗਿਆ। ਫਿਰ ਚਾਵਲ ਸ਼ੁਰੂ ਕਰਤੇ ਖਾਣੇ। ਸਹੀ ਹੈ। ਥੋੜੀ ਦੇਰ ਬਾਅਦ ਫਿਰ ਉਹਦੀ ਬੇਗਮ ਕਹਿੰਦੀ ਮੁਰਗੀ ਲੈ ਆਉਂ। ਮੈਂ ਕਿਹਾ ਜੀ ਲੈ ਆਓ। ਸ਼ੇਖ ਉੱਥੇ ਚੁੱਪ ਕਰ ਗਿਆ, ਮੈਨੂੰ ਫਿਰ ਬੜਾ ਅਜੀਬ ਲੱਗਿਆ।
तीजी बारी शेख साहब ने आवाज लाई है हुण मुर्गी ले आओ। उदो चावल खत्म होए पसंद। मैं कह जी रहन दियो शेख जी। कहंदा नहीं नहीं आन दियो। मैं फिर चुप कर गया। बेगम ओदी मुर्गी लेके आई है। ओ मुर्गी जिंदा सी। ओ साडे सामने घूम फिर रही सी। मैं कह शेख जी ये तो जिंदा है। कहंदा जनाब ए जिहड़े चावल दस्तरखान ते एंड ते डिगदे ने ना ये चुकण गण रखी है। तुसी गलत समझ रहे हो। मैनूं मतलब जिहड़ी चीज़ ओह लगी कि जिवें आपां पहलां वेखदे आं जिवें कई गल कि बड़ी फास्ट हुंदी सीगी है ना, अगली गल सुनण दा मौका नहीं सी मिलदा हुंदा, ते हुण इह चीज़ काफ़ी इंप्रूव होई इहनां दी ते बहुत वधिया है ना, अगे नालों वी बहुत ज़्यादा वधिया। ਤੇ ਦੂਸਰਾ ਇਹ ਮਤਲਬ ਮੱਠਾ ਮੱਠਾ ਜਿਹਾ ਚੱਲਦਾ ਕੰਮ ਹੈ ਨਾ, ਤੇ ਹਸਾਈ ਜਾਂਦੇ ਨਿੱਕਾ ਨਿੱਕਾ ਜਿਹਾ, ਤੇ ਇਹੋ ਚੀਜ਼ ਜਿਹੜੀ ਹੁੰਦੀ ਹੈ ਕਿ ਬਹੁਤ ਭਾਰੀ ਭਰਕਮ ਜਿਹੜੀਆਂ ਉਹ ਸ਼ਬਦ ਵਰਤ ਕੇ ਨਹੀਂ ਉਹਨਾਂ ਨੇ ਬਿਲਕੁਲ ਆਰਾਮ ਜਿਹੇ ਨਾਲ ਜਿਹੜੀ ਉਹ ਗੱਲ ਕਰੀ ਜਾਣੀ ਹੁੰਦੀ ਆ। ਉਮਰ ਜਿਹੜਾ ਉਹ ਬਹੁਤ ਜ਼ਿਆਦਾ ਇਹਨਾਂ ਦੀ। ਸੋ ਇਹ ਸੀ ਅੱਜ ਦੀ ਵੀਡੀਓ। ਵੀਡੀਓ ਅਗਰ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਿਓ। ਅਗਰ ਤੁਸੀਂ ਸਾਡੇ ਚੈਨਲ 'ਤੇ ਨਹੀਂ ਤਾਂ ਚੈਨਲ ਨੂੰ ਕਰਕੇ ਜੇ ਸਬਸਕ੍ਰਾਈਬ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ।